ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਤੇ ਟਿਕਟਾਂ ਵੀ ਹੋ ਗਈਆਂ, ਹੋਟਲ ਬੁਕਿੰਗ ਵੀ ਹੋ ਗਈ, ਵੀਜ਼ਾ ਵੀ ਆਇਆ ਪਿਆ ਤੇ ਤਿਆਰੀ। ਜਦੋਂ ਕਦੇ ਆਪਾਂ ਜਾਂਦੇ ਆ ਫਿਰ ਮਾੜਾ ਮੋਟਾ ਹਾਰ ਸ਼ਿੰਗਾਰ ਤਾਂ ਲੱਗਦਾ ਹੀ ਆ। ਅੱਜ ਉਹੀ ਹਾਰ ਸ਼ਿੰਗਾਰ ਲਾਉਣ ਚੱਲਿਆ ਨਿੰਮੇ ਦਾ, ਠੀਕ ਹੈ। ਤੇ ਹੁਣ ਇਹ ਇੱਦਾਂ ਦਾ ਤੇ ਘੜੀ ਕੁ ਤੱਕ ਅਸੀਂ ਇਹਨੇ ਬਦਲ ਦੇਣਾ, ਖੰਨੇ ਚੱਲਿਆ। ਨਾਲ ਤੁਹਾਨੂੰ ਦੇਖੋ ਬੰਦਾ ਬਹੁਤ ਵਧੀਆ ਕੰਮ ਕਰਦਾ, ਜਿੱਥੇ ਅਸੀਂ ਜਿਹੜੇ ਸਲੂਨ ਕੋਲ ਜਾਂਦੇ ਸੀ ਮਹੀਨੇ 'ਚ ਇੱਕ ਵਾਰ ਉਹਨਾਂ ਕੋਲ ਜਾਂਦੇ ਹੁੰਦੇ ਹਾਂ ਤੇ ਬਹੁਤ ਵਧੀਆ ਡਿਸਪੈਚਿੰਗ ਪੋਚਿੰਗ ਕਰਦਾ। ਤੇਰਾ ਫੇਸ਼ੀਅਲ ਫੂਸ਼ਰ ਐਨ ਚਮਕ ਤੇਰੇ ਚਿਹਰੇ ਪਰ ਲੈ ਦੇਣੇ ਅੱਜ। ਸੇਵਾ ਪਾਣੀ ਵੀ ਪੁੱਛਦਾ, ਸੇਵਾ ਪਾਣੀ ਨਾਲ ਬੰਦਾ ਕੇਅਰ ਵੀ ਬੜਾ ਕਰਦਾ, ਬਹੁਤ ਵਧੀਆ। ਆਪਣਾ ਗੋਬਿੰਦਗੜ੍ਹ ਮੰਡੀ 'ਚ ਪੈਂਦਾ, ਪਰ ਖੰਨੇ 'ਚ ਪੈਂਦਾ। ਚੱਲ ਜਾ ਕੇ ਹੁਣ ਤੁਹਾਨੂੰ ਡਰੈਸ ਦੱਸ ਦਾਂਗੇ ਤੇ ਵੀਡੀਓ ਦੇਖਦੇ ਹੋਏ ਤੁਸੀਂ ਤੇ ਘਰ ਦੇ ਵੀ ਨਾਲ ਚੱਲਿਆ, ਸ਼ਾਇਦ ਇੱਕ ਰਿਸ਼ਤੇਦਾਰੀ ਵਿੱਚ ਵੀ ਆਪਾਂ ਨੇ ਜਾਣਾ ਤੇ ਗੱਡੀ ਆਪਣੀ ਦਿਖਾ ਦਈਏ ਫਿਰ। ਹਾਂਜੀ ਹਾਂ, ਹੁਣ ਘੁੱਟ ਲੋਕ ਜਲਦੇ ਹਲੇ, ਜਦੋਂ ਕਹਿ ਤਾ ਮੈਂ ਜਿਹੜੇ ਜਲਦੇ ਉਹ ਜਲਣੇ, ਕਹਿੰਦੇ ਯਾਰ ਦਿਖਾਈ ਹੋ ਜਾਂਦਾ। ਹੁਣ ਅਸੀਂ ਦਿਖਾਉਣੀ ਆ, ਅਸੀਂ ਪਹਿਲਾਂ ਦੂਜੀ ਗੱਡੀ ਦਿਖਾਏ ਕਰਦੇ, ਹੁਣ ਇਹ ਤੇ ਹੁਣ ਇਹ ਲੈ ਕੇ ਚੱਲੇ ਤੇ ਇਹ ਦਿਖਾਵਾਂਗੇ। ਹਾਂ ਚੱਲੀਏ ਫਿਰ, ਇਹ ਖੁੱਲੀ ਡੁੱਲੀ ਆ ਜਿਹਦੇ ਵਿੱਚ ਚੱਲਦੇ ਹਾਂ। ਕੱਲ੍ਹ ਦੀ ਹੁਣ ਸਾਡੇ ਕੋਲ ਦੋ ਦਿਨ, ਸਾਡੇ ਕੋਲ ਸਵਿਫਟ ਤੇ ਸਵਿਫਟ ਦਾ ਸ਼ਾਇਦ ਅੱਜ ਬੰਦੇ ਨੇ ਆਉਣਾ, ਦਿੰਦੇ ਸਰਵਿਸ ਹੋਣੀ ਥੱਲੇ ਨਾ, ਕੋਈ ਜੈਨ ਪਤਾ ਨਹੀਂ ਕੋਈ ਲੀਕ ਆ ਉਹਦਾ, ਕੋਈ ਜੈਨ ਜਾਂ ਅੱਜ ਜਾਂ ਕੱਲ੍ਹ ਨੂੰ ਪੜਾਉਂਦਾ ਉਹਦਾ ਥੱਲੇ ਤੁਪਕਾ ਗਿਰ ਦਿੰਦੇ ਜਿੱਦਾਂ ਨਾ ਥੱਲੇ ਇੱਕ ਆਹ ਤੇਲ ਵਾਲਾ ਤੁਪਕਾ ਗਿਰਿਆ ਹੋਇਆ, ਇਹ ਉਹਦਾ ਉਹਦੇ ਤੁਪਕਾ ਗਿਰੇ ਹੋਏ ਗੱਡੀ ਦੇ ਇਹ ਜਿਹੜੇ ਇੱਥੇ ਗੱਡੀ ਖੜਦੀ ਹੈ ਨਾ, ਇੱਥੇ ਕੋਈ ਤੁਪਕਾ ਜਿਗੜ ਹੁਣ ਵੀ ਗਿਰਿਆ ਪਿਆਉਣਾ ਦੇਖੀ ਨੇ ਮੈਂ। ਹਾਂ ਦੇਖੀ ਜਾ, ਕੱਲ੍ਹ ਉਹਨੂੰ ਦਿਖਾਈ ਦੇ ਬੰਦੇ ਨੂੰ, ਕਹਿੰਦਾ ਸੀ ਕਹਿੰਦਾ ਵੀ ਇਹਦੀ ਗੱਡੀ ਦੀ ਥੱਲੇ ਕੋਈ ਜੈਨ ਲੀਕ ਹੈ। ਆ ਦੇ ਖੜੀ ਆਪਣੀ ਇੱਧਰ ਦੇਖੀ, ਹੁਣ ਵੀ ਕੋਈ ਨਾ ਕੋਈ ਤੁਪਕਾ ਗਿਰਿਆ ਹੋਊਗਾ ਨਾ, ਮੈਂ ਦੇਖੀ ਥੱਲੇ ਨੂੰ ਹੋ ਗਿਆ ਯਾਰ। ਹਾਂ ਉਹਦੇ ਗਿਰਿਆ ਹੋਇਆ, ਆ ਤੁਪਕਾ ਗਿਰਿਆ ਹੋਇਆ ਥੱਲੇ, ਇਹ ਕੋਈ ਜੈਨ ਲੀਕ ਹੈ। ਜੈਨ ਕਹਿੰਦਾ ਲੀਕ ਹੈ। ਹਾਂ ਹਾਂ ਤੇ ਅੱਜ ਆਉਣਾ ਸੀ ਬੰਦੇ ਨੂੰ ਆ ਰਿਹਾ ਭਾਈ, ਇਹ ਗੱਡੀ ਨਾਲ ਹੈ, ਇਹ ਗੱਡੀ ਨਾਲ ਬੌਕਾ ਮਖਾ ਰਿਆ ਦਾ। ਹਾਂ ਬੜੀ ਘੁੰਮੀ ਇਹ, ਹਜੂਰ ਸਾਹਿਬ ਤੱਕ ਵੀ ਜਾਏ, ਬੜੇ ਤੱਕ ਜਾਈਏ ਹਲੇ। ਪਰ ਤੇਲ ਦੀ ਬਹੁਤ ਵਧੀਆ ਆ, ਇਹਦੇ ਤੇ ਬਹੁਤਾ ਖਾਂਦੀ ਨਹੀਂ ਖਾਂਦੇ ਸੀ, ਕੱਲ ਦਾ 1000 ਦਾ ਤੇਲ ਬਹੁਤ ਬੜਾ ਚੰਡੀਗੜ੍ਹ ਘੁੰਮਾ ਆਇਆ ਸਾਰਾ ਕੰਮ ਚ। ਚੰਡੀਗੜ੍ਹ ਘੁੰਮ ਇੱਧਰ ਜਾ ਤੇ ਇੱਕ ਤੇ ਥਾਰ ਥਾਰ 3 ਦਿਨ ਲੱਗ ਗਏ, 3 ਦਿਨ ਸਾਡੇ ਜੇ ਥਾਰ ਨੇ ਥਾਰ ਨੇ 3000 ਤੇਲ ਖਾ ਜਾਣਾ ਤਾਂ ਲੱਗ ਜਾਣਾ ਤਾਂ ਭਾਈ। ਉਹਦੇ ਵਿੱਚ ਥਾਰ ਤਾਂ ਦਿਖਾਉਨੇ ਆ, ਅਸੀਂ ਬੈਠ ਕੇ ਜਾਣਾ ਤਾਂ ਹੀ ਦਿਖਾਉਨੇ ਵੀ ਤੁਸੀਂ ਕਹਿੰਦੇ ਉਹਦੇ ਵਿੱਚ ਨਾ ਫਿਰ ਬੈਠ ਕੇ ਚੱਲੇ ਆ, ਉਹਦੇ ਵਿੱਚ ਨਾ ਬੜਨਾ ਔਖਾ ਔਖਾ ਹੋ ਜਾਣਾ ਦੋ ਬੰਦਿਆਂ ਵਾਸਤੇ ਆ। ਸਾਡੇ ਗਰੁੱਪ ਦਾ ਵਿੱਚ ਲਾਡੀ ਭੱਜ ਪਏ, ਫਿਰ ਵਿੱਚ ਬੜਨਾ ਔਖਾ ਹੁਣ ਜਿੱਦਾਂ ਹੁਣ ਅੱਜ ਅਸੀਂ ਨਿੰਮਾਂ ਨੂੰ ਪਿੱਛੇ ਖਾਲੇ 'ਚ ਵੜਨਾ ਪੈਣਾ, ਹਾਂ ਫਿਰ ਕੱਢਣਾ ਵੀ ਔਖਾ ਹੋ ਜਾਂਦਾ। ਅੱਜ ਮੇਰਾ ਦਿਲ ਜਿਹਾ ਥੋੜ੍ਹਾ ਘਬਰਾਇਆ ਨਾ, ਜੇ ਕਿਸੇ ਗੱਡੀ ਦਾ ਕੋਈ ਐਕਸੀਡੈਂਟ ਹੋਇਆ, ਕਿਸੇ ਭਰਾ ਕੋ ਲੱਗ ਪਤਾ ਨਹੀਂ ਐਕਸੀਡੈਂਟ ਹੋਇਆ, ਰੱਬ ਨਾ ਕਰੇ ਇੱਦਾਂ ਨਾ ਹੋਵੇ ਭਾਈ। ਬਚਾ ਕੇ ਚਲਾਏ ਕਰੋ, ਦੇਖ ਕੇ ਕੰਟਰੋਲ ਕਰਕੇ ਆਏ ਨਾ, ਨਾ ਜਲਦਬਾਜ਼ੀ ਨਾ ਕਰੋ। ਹਾਂ ਕੋਈ ਵੀ ਤੁਹਾਨੂੰ ਗੜਬੜ ਲੱਗਦੀ ਜਦੋਂ ਰੋਕ ਲਓ ਗੱਡੀ ਦੀ, ਕੋਈ ਗੱਡੀ 'ਚ ਆਵਾਜ਼ ਬੂਝ ਤੁਹਾਨੂੰ ਪਤਾ ਲੱਗਦਾ, ਗੱਡੀ ਵਿੱਚ ਗੱਡੀ ਦਾ ਹੀਟਰ ਹੂਟਰ ਸਾਰੇ ਚੈੱਕ ਕਰਦੇ ਰਹੇ, ਸਾਰਾ ਕੁਝ ਚੈੱਕ ਕਰਦੇ ਰਹੋ ਗੱਡੀ ਦੇ ਵਿੱਚ ਕਿੰਨਾ ਟੈਂਪਰੇਚਰ ਕਿੰਨਾ ਕਿਆ ਕੁਛ ਸਾਰੀ ਚੀਜ਼ ਚੈੱਕ ਕਰਦੇ। ਚੱਲੇ ਫਿਰ ਹੁਣ ਯਾਰ ਇੱਕ ਤੰਨੇ ਨੇ ਜਾਣਾ ਸੀ, ਤੰਨੇ ਤੁਹਾਨੂੰ ਫੋਨ ਬੰਦ ਇੱਕ ਵਾਰੀ ਫਿਰ ਦੇਖਾਂ ਕਰਕੇ ਉਹਨੂੰ ਯਾਰ, ਉਹਦਾ ਫੋਨ ਨੰਬਰ ਉਹਦਾ ਉਹਨੇ ਤੰਨੇ ਨੇ ਸਾਡੇ ਨਾਲ ਜਾਣਾ ਤਾਂ ਅੱਜ ਯਾਰ, ਸਾਡਾ ਇੱਕ ਹੋਰ ਪਾਸੇ ਵੀ ਅਸੀਂ ਜਾ ਕੇ ਆਉਣਾ ਤਾਂ ਇੱਕ ਵੈਦ ਕੋਲ, ਉਹਦੀ ਮੈਂ ਵੀਡੀਓ ਕੱਲ੍ਹ ਜਾਂ ਪਰਸੋਂ ਨੂੰ ਪਾਊਂਗਾ ਜਿਹੜੇ ਵੈਦ ਕੋਲ ਅਸੀਂ ਜਾਣਾ, ਜਾਂ ਹੁਣ ਮਿਲ ਜਾਵੇ ਪਤਾ ਰਾਤ ਦਾ ਘਰ ਤੋਂ ਬਾਹਰ ਆਹੋ, ਉਹਦਾ ਫੋਨ ਲੱਗ ਨਹੀਂ, ਰੇਂਜ ਆਫ ਪਤਾ ਨਾ ਸਵਿੱਚ ਆਫ ਹੋਗਾ, ਪਤਾ ਨਹੀਂ ਉਹਦੀ ਬੈਟਰੀ ਡਾਊਨ ਹੋ ਗਈ, ਕਿਹਾ ਤਾਂ ਕਹਿੰਦਾ ਮੈਂ ਘਰਾਂ ਵੀ ਫੋਨ ਕਰਿਆ ਉਹਨਾਂ ਦੇ, ਕਹਿੰਦੇ ਰਾਤ ਦਾ ਘਰੇ ਨਹੀਂ ਆਇਆ ਹੈਗਾ, ਤਰਨਜੀਤ ਸਿੰਘ ਤੈਨੂੰ ਲਾ ਟੀ ਟੀ ਕਰੀ ਜਾਂਦਾ। ਚਲੋ ਕੋਈ ਗੱਲ ਨਹੀਂ, ਹਾਂਜੀ ਤਿਆਰੀ ਜੀ ਤੁਹਾਡੀ, ਚੱਲੀਏ ਅਸੀਂ ਲੰਘ ਚੱਲੇ ਤੇ ਜਨਾ ਹੋਰ ਤੂੰ 5-4 ਮਿੰਟ ਆਉਂਦਾ। ਹਾਂ ਤੇ ਮੈਂ ਤੁਹਾਨੂੰ ਗੱਡੀ ਕੱਢ ਕੇ ਦਵਾਂ ਫਿਰ ਬਾਹਰ। ਨਿੰਮੇ ਉਹਦੇ ਪਿੱਛੇ ਨਾ ਇੱਕ ਆਟਾ ਪਿਆ ਯਾਰ, ਦੇਖੀ ਇਹਦੇ ਸੀਟ ਦੇ ਪਿੱਛੇ ਯਾਰ, ਹਾਂ ਦੇਖੀ ਯਾਰ ਆਹ ਪਿਆ ਇੱਧਰ, ਉਹਨੂੰ ਕੱਢ ਬਾਹਰ ਯਾਰ, ਮੈਨੂੰ ਲੱਗਦਾ ਮੈਂ ਇੱਕ ਲੈ ਕੇ ਆਇਆ ਹੁਣ ਕੱਲ੍ਹ। ਆਹ ਪਿਆ ਕੱਢੀਆਂ ਥੈਲੀ ਜੀ ਆ ਬਾਹਰ, ਆਹ ਕੱਪੜਾ ਜੀ ਵੀ ਕੱਢਦੇ ਥੈਲੀ, ਦੇਖੀ ਉਹਨੂੰ ਆਲੇ ਦੁਆਲੇ ਲੱਗੇ ਨਾ ਗੱਡੀ ਨੂੰ, ਹੈ ਉਹਨੂੰ ਧੋ ਕੇ ਵੀ ਲਿਆ ਦਾ ਕੱਲ੍ਹ। ਆ ਜਾ ਭਾਈ ਤੈਨੂੰ ਗੱਡੀ ਕੱਢ ਕੇ ਦਵਾਂ ਫਿਰ, ਗੱਡੀ ਕੱਢਦੇ ਤੁਸੀਂ ਬਾਹਰ ਹੋਇਆ ਤਾਂ ਅੜਕੇ ਅੰਦਰ ਚਲੀ ਗਿਆ। ਉਹ ਜਿਹੜਾ ਤੈਂ ਨੰਬਰ ਦਿੱਤਾ ਮੈਨੂੰ ਗਲਤ ਦੇ ਦਿੱਤਾ ਯਾਰ, ਨੰਬਰ ਜਿਹੜਾ ਮੈਨੂੰ ਦਿੱਤਾ ਨਹੀਂ ਠੀਕ ਹੈ, ਨੰਬਰ ਇੱਕ ਨੰਬਰ ਗੱਡੀ ਮੋਬਾਈਲ ਪੈਂਦੇ ਮੈਂ ਕੱਢ ਕੇ ਲੈ ਕੇ, ਮੇਰਾ ਨੰਬਰ ਮਿਸ ਕਾਲ ਮਾਰੀ ਯਾਰ, ਉਹ ਕਿਸੇ ਜਦ ਮੈਂ ਸਵੇਰੋਂ ਕਾਲ ਕਰੀ ਉਹ ਕਹਿੰਦਾ ਰੋਂਗ ਨੰਬਰ ਹੈ, ਮੇਰਾ ਨੰਬਰ ਮਿਸ ਕਾਲ ਮਾਰੀ, ਲੇਕਿਨ ਪਿਆ ਨੰਬਰ ਗੱਡੀ ਨੇ ਨੰਬਰ ਹੈ 83। ਹੁਣ ਆ ਗਿਆ ਆ ਗਿਆ ਆ ਗਿਆ ਆ ਗਿਆ ਤਾਂ ਨੰਬਰ ਆ ਗਿਆ ਵਿੱਚ, ਅਤੇ ਮੈਂ ਹੋਰੇ ਹੋਰ ਪੁਲ ਮਿਲਾ ਲਿਆ, ਮੈਂ ਤੁਹਾਨੂੰ ਦੱਸਦਾ ਮੈਂ ਇੱਥੇ ਆਹ ਭਰ ਲਿਆ, ਦੇਖ ਮੰਗਾ ਕਾਰ ਆਹ ਭਰ ਲਿਆ ਤਾ ਮੈਂ, ਜਦੋਂ ਹੋਰ ਹੋਰ ਨੂੰ ਮਿਲ ਗਿਆ ਤਾਂ ਕਿਸੇ ਨੂੰ ਖੜੇ ਮੈਂ ਨੰਬਰ ਦਿਖਾਉਂਦਾ ਕਿਹੜਾ ਤਾ। ਲੈ ਜੀ ਲੈ ਕੇ ਰੱਬ ਦਾ ਨਾਂ ਗੱਡੀ ਤੋੜ ਲਵੇ ਡਰਾਈਵਰ, ਗੱਡੀ ਤੋੜ ਲਵੇ ਡਰਾਈਵਰ, ਓਏ ਸਤਨਾ ਸੱਚਾ ਪਾਤਸ਼ਾਹ।
ਕਿੰਨਾ ਸੋਹਣਾ ਗੋਲਾਈ ਦੇ ਵਿੱਚ ਬਣਾਇਆ ਹੋਇਆ ਪੁਲ ਹੈ ਨਾ ਲੱਗਦਾ ਜਿੱਦਾਂ ਬਹੁਤ ਲੰਬਾ ਹੁੰਦਾ ਪੁਲ ਇਹ ਅਸੀਂ ਗੋਬਿੰਦਗੜ੍ਹ ਮੰਡੀ ਵਾਲਾ ਪੁਲ ਚੜ੍ਹ ਰਹੇ ਹਾਂ ਬਸ ਖੰਨੇ ਪਹੁੰਚਣੇ ਵਾਲੇ ਹੈ ਬਹੁਤ ਫੈਕਟਰੀਆਂ ਗੋਬਿੰਦਗੜ੍ਹ ਮੰਡੀ ਦੇ ਵਿੱਚ ਇੱਥੇ ਜਿੰਨਾ ਕਿ ਮੈਂ ਦੇਖਿਆ ਕੁਆਡ ਆਉਂਦਾ ਕੁਆਡ ਨੂੰ ਫਿਰ ਦੁਬਾਰਾ ਰੀਸਾਈਕਲ ਕਰਕੇ ਨਾ ਵੀ ਆਪਣਾ ਲੋਹਾ ਤਿਆਰ ਕੀਤਾ ਜਾਂਦਾ ਜਿੰਨਾ ਵੀ ਇੱਥੇ ਆਉਂਦਾ ਮੈਂ ਦੇਖਦਾ ਹੁੰਦਾ ਇੱਕ ਵਾਰ ਅਸੀਂ ਆਏ ਵੀ ਤਾਂ ਦੇਖਿਆ ਵੀ ਤਾਂ ਅਸੀਂ ਅਤੇ ਕੁਆਡ ਜਿੰਨਾ ਵੀ ਲੋਹਾ ਜਾ ਨਾ ਬਚਿਆ ਕੁੱਟਿਆ ਜਾ ਉਹਨੂੰ ਸਾਰਾ ਫਿਰ ਕਰ ਲੈਂਦੇ ਇਕੱਠਾ ਇੱਥੇ ਗੋਬਿੰਦਗੜ੍ਹ ਪਰ ਪੋਲਿਊਸ਼ਨ ਵੀ ਬਹੁਤ ਹੈ ਇਹਦੀ ਵੀ ਕੋਈ ਸ਼ੱਕ ਨਹੀਂ ਹੈ ਅਤੇ ਪੋਲਿਊਸ਼ਨ ਵੀ ਬਹੁਤ ਹੈ ਚਲੋ ਭਾਈ ਓਏ ਨੰਮੇ ਆ ਜਾ ਆ ਜਾ ਆ ਜਾ ਹੈਂ ਅੱਛਾ ਨੰਬਰ ਪਛਾਣ ਲਿਆ ਬਾਈ ਨੇ ਕਿਹੜੀ ਕਿਹੜੀ ਦੁਕਾਨ ਹਾਂ ਨਾਲੇ ਹੁੰਦਾ ਨੇ ਮੈਂ ਹਾਂਜੀ 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 ਠੀਕ ਹੈ ਠੀਕ ਹੈ ਠੀਕ ਆ ਜਾਓ ਕਿਹੜੀ ਦੁਕਾਨ ਆਪਣੀ ਅੱਛਾ ਨਾਲੇ ਠੀਕ ਅਸੀਂ ਇੱਧਰ ਆਪਣੇ ਸਲੂਨ ਕੋਲ ਆਏ ਸੀ ਇੱਧਰ ਆਪ ਇੱਧਰ ਸਲੂਨ ਦੀ ਦੁਕਾਨ ਹੈ ਲਓ ਜੀ ਇੱਧਰ ਲੇਡੀਜ਼ ਦਾ ਵੀ ਸਲੂਨ ਆ ਗਿਆ ਤਾਂ ਮੈਡਮ ਤਾਂ ਉੱਧਰ ਹੋ ਜਾਵੇ ਤਾਂ ਅਸੀਂ ਹੁਣ ਚੱਲੇ ਉੱਪਰ ਅਤੇ ਲਾਈਟ ਨਹੀਂ ਠੀਕ ਹੁੰਦੀ ਓਕੇ ਜੀ ਬਾਏ ਬਾਏ ਬੈਠੋ ਤੁਸੀਂ ਠੀਕ ਹੈ ਭਾਈ ਅਤੇ ਮੇਰਾ ਵੀਰ ਇੱਧਰ ਪਹੁੰਚੇ ਇਹਦੇ ਕੋਲ ਅਤੇ ਹੁਣ ਅਸੀਂ ਨਿੰਮੇ ਦਾ ਵੀ ਟ੍ਰੀਟਮੈਂਟ ਸ਼ੁਰੂ ਕਰਵਾਉਣਾ ਚੱਲ ਵੀ ਚੱਲ ਲਓ ਜੀ ਨਿੰਮੇ ਦਾ ਕੰਮ ਸ਼ੁਰੂ ਕਰਨ ਲੱਗੇ ਅਸੀਂ ਹੁਣ ਇਹਨੂੰ ਹੁਣ ਬੰਦਾ ਬਣਾਉਣ ਲੱਗੇ ਹਾਂ ਸਪੈਸ਼ਲ ਲੈ ਕੇ ਆਏ ਹਾਂ ਬਾਈ ਕੋਲ ਪੁੱਛੋ ਨਾ ਬੰਨੀ ਯਾਰ ਪੁੱਛੋ ਨਾ ਫਿਰ ਜ਼ਿਆਦਾ ਖੜੀਆਂ ਰਹਿੰਦੀਆਂ ਥੋੜ੍ਹਾ ਪੇਂਡੂ ਟੱਚ ਜਿਹਾ ਰਹੇ ਬਸ ਆਟੋ ਮੋਡ ਨਹੀਂ ਹੈ ਠੀਕ ਹੈ ਕਰਾਉਣੇ ਨੇ ਮੈਂ ਟਾਈਮ ਬਹੁਤ ਲੱਗ ਜਾਣਾ ਉਹਨੂੰ ਯਾਰ ਤਿੰਨ ਘੰਟੇ ਉੱਧਰ ਲੱਗਣੇ ਉਹ ਘੰਟੇ 'ਚ ਆਪਣਾ ਐਡਜਸਟ ਹੋ ਜਾਊਗਾ ਟਾਈਮ ਚਲੋ ਬੰਨਦੇ ਭਾਈ ਘੰਟੇ ਲਵਾਂਗੇ ਚਲ ਘੰਟੇ 'ਚ ਕਰਦੇ ਫਿਰ ਖਿੱਚਦੇ ਕੰਮ ਥੋੜ੍ਹੇ ਸੀਜ਼ਰ ਬਣਾ ਹੈਲੋ ਵਧੀਆ ਸਰ ਵਧੀਆ ਲਾਈ ਭਾਜੀ ਟੂ ਥਾਊਜੈਂਡ ਟੂ ਟਵੈਂਟੀ ਫਾਈਵ ਥਾਊਜੈਂਡ ਰੇਂਜ ਦੇ ਵਿੱਚ ਅਵੇਲੇਬਲ ਹੈ ਜੀ ਭਾਜੀ ਪੂਰਾ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਪੂਰਾ ਸਟਾਫ ਖੜਾ ਇੱਧਰ ਇੰਨਾ ਟਾਈਮ ਨਹੀਂ ਲਾਉਂਦਾ ਵੀ ਬੰਦਾ ਆ ਕੇ ਵੇਟ ਕਰਨੀ ਪੈਂਦੀ ਹੈ ਮੁੰਡੇ ਚਾਰ ਮੁੰਡੇ ਆਪਣੇ ਕੋਲ ਹਾਂਜੀ ਹਾਂ ਅੱਜ ਮੰਗਲਵਾਰ ਹੈ ਤਕਰੀਬਨ ਚਾਰ ਛੁੱਟੀਆਂ ਚਾਰ ਛੁੱਟੀ ਆਪਣੇ ਕਿੰਨਾ ਪੂਰਾ ਕਿੰਨਾ ਸਟਾਫ ਮੁੰਡਾ ਜਿਹੜਾ ਆਪਣਾ ਤਕਰੀਬਨ 12 ਜਣਾ ਇੰਨਾ 12 ਮੁੰਡੇ ਹੈ ਵਿੱਚ ਸਾਰਾ ਫੋਲੋਅਰ ਅਸੀਂ ਹਾਂ ਟੋਟਲ ਅਸੀਂ 12 ਜਣੇ ਸਟਾਫ ਚ ਸਟਾਫ ਦੇ ਵਿੱਚ ਕੁੜੀਆਂ ਵਿੱਚ ਮੁੰਡੇ ਵਿੱਚ ਬੁਆਇਜ਼ ਵਿੱਚ ਠੀਕ ਹੈ ਠੀਕ ਮੈਂ ਨਾ ਵੀ ਬੈਠ ਨਹੀਂ ਕਰਨੀ ਪੈਂਦੀ ਬੰਦੇ ਨੂੰ ਆ ਕੇ ਵੀ ਟਾਈਮਿੰਗ ਵੀ ਇੰਨਾ ਪਰ ਇਹ ਵੀ ਹੋ ਸਕਦਾ ਵੀ ਹੁਣ ਮੈਂ ਤੇਤੇ ਵਾਲ ਕਟਾਉਣੇ ਆ ਜਾਂ ਉਹ ਮੁੰਡੇ ਦੇ ਵਾਲ ਕਟਾਉਣੇ ਇੱਦਾਂ ਵੀ ਹੋ ਜਾਂਦਾ ਹੋਣਾ ਤਾਂ ਥੋੜ੍ਹੀ ਐਡਜਸਟਮੈਂਟ ਹੋ ਜਾਂਦੀ ਫਿਰ ਐਡਜਸਟਮੈਂਟ ਹੋ ਜਾਂਦੀ ਠੀਕ ਹੈ ਠੀਕ ਹੈ ਆ ਭਾਈ ਮੁੰਡੇ ਪੂਰੇ ਆ ਵਧੀਆ ਵਾਲ ਕੱਟਦੇ ਆਹਦਾ ਮੁੰਡਾ ਬੜਾ ਘੈਂਟ ਹੈ ਇਹਦਾ ਹੁਣ ਮੈਂ ਦੇਖੇ ਯਾਰ ਇਹਨਾਂ ਤੁਹਾਡੇ ਜਿੱਦਾਂ ਵੀ ਕੁੜੀਆਂ ਵਾਂਗੂ ਹੱਥ ਹੋਏ ਪਏ ਦਿਖਾਈ ਮੁੰਡੇ ਹੱਥ ਯਾਰ ਦੇਖੇ ਆ ਫੜ ਕੇ ਦੇਖੀ ਯਾਰ ਪਿਛਲੇ ਵਾਰ ਨਾ ਜਿਹੜੀ ਚਿਹਰੇ 'ਚ ਮਸਾਜ ਕੀਤੀ ਮੈਂ ਐਂ ਲੱਗੇ ਜਿੱਦਾਂ ਵੀ ਕੁੜੀ ਕੋਈ ਮਸਾਜ ਕਰਦੀ ਹੁੰਦੀ ਹੈ ਹਾਂ ਇੱਦਾਂ ਨਰਮ ਨਰਮ ਜਿਹਾ ਹੱਥ ਇਹਦੇ ਉਹੀ ਜਿਹੜਾ ਹੁਣ ਅਸੀਂ ਚਲਾਉਂਦੇ ਹਾਂ ਅੱਟਣ ਪਏ ਹੁੰਦੇ ਹੱਥਾਂ ਦੇ ਵਿੱਚ ਨਿੰਮੇ ਦੇ ਅੱਟਣ ਪਏ ਸਾਡੇ ਤਾਂ ਬੜਾ ਖੁਰਦਲ ਝਰੀਟਾ ਪੈ ਜਾਣੀ ਮੂੰਹ ਪਰ ਹਾਂ ਜਿੱਦਾਂ ਉਹੀ ਕਹਿੰਦੇ ਜਿੱਦਾਂ ਨਰਮ ਨਰਮ ਜਿਹਾ ਹੁਣ ਜਿਹੜੇ ਨਿੰਮੇ ਦਾ ਪੜਦੇ ਸੀ ਖੁਰਦਲੇ ਵਿੱਚ ਅੱਟਣ ਪਏ ਹੋਏ ਜੇ ਅਸੀਂ ਕਹੀ ਸੀ ਮਸਾਜ ਕਰਨ ਮੂੰਹ ਛੱਲ ਦੇਣਾ ਅੱਧਾ ਅਸੀਂ ਹਾਂ ਲਓ ਜੀ ਡੈਮੋ ਤਿਆਰ ਕੀਤੀ ਆ ਮੱਛਾਂ ਦੀ ਹਾਲੇ ਬੰਨਣੀ ਹਾਲੇ ਨਾ ਆਪਾਂ ਇੱਕ ਵਾਰ ਬੰਨਾਂਗੇ ਨਾ ਬੰਨਣ ਤੋਂ ਬਾਅਦ ਫਿਰ ਇਹ ਐਨ ਵਧੀਆ ਆਰਡਰ ਮੋਡ ਤੇ ਜਾਣਗੇ ਤੇ 1 ਮੰਥ ਇਹਨਾਂ ਦੀ ਚੱਲਣਗੇ 1 ਮੰਥ ਚੱਲੇ ਤੇ ਬੀਡ ਦਾ ਸਟਾਈਲ ਦਾ ਹੋ ਚੁੱਕਿਆ ਹੈ ਬਲੈਕ ਹੋ ਚੁੱਕੀ ਹੈ ਸਾਰਾ ਕੁਝ ਹੋ ਚੁੱਕਿਆ ਹੈ ਬਸ ਬੰਨੀ ਰਹਿ ਗਈ ਹਾਂ ਮੁੱਛ ਆਪਣਾ 45 ਮਿੰਟ ਬਾਅਦ ਆਪਾਂ ਮਿਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਮੁੱਛ ਦੀ ਕੀ ਲੁੱਕ ਬਣੀ ਲੁੱਕ ਬਣੀ ਇਹ ਤਾਂ ਹੁਣ ਅਸੀਂ ਥੋੜੀ ਦਿਖਾਈ ਵੀ ਹੋਰ ਥੋੜੀ ਮੋੜ ਕੁੰਡੀ ਜੀ ਟਾਈਪ ਬਣ ਜੂਗੀ ਹਾਂ ਥੋੜੀ ਕੁੰਡੀ ਮੁੱਛ ਬਣ ਜੂ ਹੋ ਜੀ ਇੱਧਰ ਇਹਨਾਂ ਦੇ ਵਾਲਾਂ ਦਾ ਕੰਮ ਚੱਲ ਰਿਹਾ ਠੀਕ ਹੈ ਜੀ ਬਾਕੀ ਬਾਅਦ 'ਚ ਦਿਖਾਉਂਦੇ ਹਾਂ ਮੈਂ ਪੁੱਛ ਲਾਂ ਕੁਛ ਖਾਣਾ ਪੀਣਾ ਤਾਂ ਨਹੀਂ ਕੁਛ ਹਾਂ ਲਓ ਜੀ ਹੁਣ ਉਹਦੀ ਨਿੰਮੇ ਦੇ ਮੁੱਛਾਂ ਬੰਨ ਰਹੇ ਹਾਂ ਯੈਸ ਬਸ ਇਸੇ ਦਿਖਾਉਂਦਾ ਇੱਧਰ ਮੈਂ ਨੇੜੇ ਕਰਕੇ ਕਿੰਨਾ ਟਾਈਮ ਲੱਗ ਜਾਂਦਾ ਭਾਅ ਜੀ ਤੁਹਾਨੂੰ ਵੀਰੇ ਇਹਨੂੰ ਕਿੰਨਾ ਟਾਈਮ ਰੱਖਣੀਆਂ ਪੈਂਦੀਆਂ ਇਹ ਹਾਂਜੀ ਕਿੰਨਾ ਟਾਈਮ 'ਚ ਹੋ ਜਾਂਦਾ ਇਹ ਸਾਰਾ 1 ਘੰਟੇ ਦਾ ਪ੍ਰੋਸੈਸ 1 ਘੰਟਾ ਤਾਂ ਨਿੰਮੇ ਦੇ ਬੈਠਣਾ ਪੈਣਾ ਤੈਨੂੰ ਹੁਣ ਕਲੋਕ ਜੀ ਐਮ ਕਲੋਕ ਅੱਛਾ ਉੱਧਰ ਗੱਲ ਕਰ ਰਿਹਾ ਲਿਖਣ ਨਿੰਮੇ ਚਮਕ ਗਿਆ ਯਾਰ ਤੂੰ ਤਾਂ ਹਾਂ ਇਹ ਸਾਰਾ 1 ਘੰਟੇ ਦਾ ਪ੍ਰੋਸੈਸ ਹੈ ਤੇ ਜਿੱਦਾਂ 1 ਵਾਰ ਮੁੱਛ ਬੰਨੀ ਹੋਈ ਹਾਂਜੀ 1 ਮੰਥ ਚੱਲ ਜਾਂਦੀ ਹੈ 1 ਮਹੀਨਾ ਈਜ਼ੀਲੀ ਜਿਹੜੇ ਮੁੰਡਿਆਂ 'ਚ ਬਹੁਤ ਬੜੀਆਂ ਉਹ ਵੀ ਕਰ ਦਿੰਦੇ ਆ ਹਰੇਕ ਤਰ੍ਹਾਂ ਦੇ ਮੁੱਛਾਂ
मम्मी फिर गाना गाना बाद मित्रा ने मुछ रखी है, लोगों ने मझा मुझा रख लिया, निम्मे ने मुछ रखी है। हम तो ठीक है, हो गए स्ट्रेट है सीधे, चल बन गई गल। नीचे ना करेगी कट्टन यार, ठीक है दिमे छेदी लगते मैं कहता वो मुड़ गई घैंट बन गई। चल बाकी सैट करूंगा सोनू भाई फिर, टाइम तो लग गया भाई 11 बजे आए हो, किन्ने बज गए हूँ? 4:15 हो गए, पुलिस नहीं चकता फिर दो दिन हम। अच्छा टाइम पीस लगे होने, इधर किधर टाइम पीस भी नहीं लोया, दस यार टाइम पीस लगे क्लाइंट टाइम बहुत दे रहा है, मैं टाइम पीस लगे। अच्छा किन्ना हो गया निम्मे? हाँ निम्मे तो बाबू लो भाई पूरे 5-6 घंटे लाते निम्मा नहीं टलता, नहीं टलता। एक क्या स्क्रब है? डी10 वो क्या होती है? अच्छा चेहरा शैन मारे यार, पता लग गया दूर से ये बंदा कोई घूम रहा है कि चीज बना के रखती है राधा। चलो भाई बहुत टाइम का ड्रीम सी इन्हों का, चलो अज पूरा हो गया, ड्रीम कम ट्रू। चलिए भाई हूँ टाइम तो लगे 4-3 घंटे लग गए, तीन घंटे लग जाए खुला टाइम लेके आयो। हेयर भी काफी ज्यादा हैवी ने, जे हेयर हैवी ने तो टाइम भी लगेगा, थोड़े होने का टाइम भी लगेगा। हूँ तुम इन हाई पो नहीं करनी, शैम्पू कंडीशनर जो तुम दसेंगे मैडम या फिर मैं व्हाट्सएप करूंगा, सही ना। हेयर की कंडीशन दोबारा फिर शो कर दें, एक बार आप भी दस दी भाई आह ड्रेस है तो बहुत सोहना स्टॉप इन्हों का, आह नंबर है जी, आ सोनू है जी, दो भरा ने ते जरूर कॉन्टैक्ट करके तुसी आ सकते हो। ये साडे आर्टिस्ट आना बिड़ी च, हां आ सकते हैं, चक्कर नहीं कोई दिक्कत नहीं। चल ठीक है जी, ये लीजिए ये स्टाफ है इनदे ते बहुत बढ़िया, कोई थानू कोई तकलीफ होई कोई गलबात? बहुत बढ़िया ठीक है जी, शुक्रिया जी थोड़ा बहुत बहुत जी। मैम शैन मारदा पूरा तू यार, कमाल करती है। हां बाकी जेडी केयर बाला जिदा केयर करनी तू जरूर करियो, ते शुक्रिया सोनू भाई। ओके जी, ते निम्मा वेदर एन पूरा घैंट बंदा बनाता। सुनो एक बार अपना नंबर दस दिओ, एक वैसे कार्ड मैं दिखा भी दिया दत्ता एक बार, यहाँ तो नंबर वैसे इन्हें लिखे एक बार तुम बोल भी दिओ। अपना 99142-48120-90012 00900 ठीक है, जरूर आ गया भी किसी भी तरह के बालों की कटिंग शटिंग अपने नकली बाल जिदा भी लाने सारे को लग जाए। हाँ तो लड़के ने भी लगते बाल ਜੁਣਦੇ ਕਿਹਨੇ ਹੇਅਰ ਫਾਲ ਗਰਲਸ ਦੇ ਵੀ ਲੌਂਗ ਹੈ, ਲੌਂਗ ਐਕਸਟੈਂਸ਼ਨ ਆਪਣੇ ਕੋਲ 28 ਇੰਚ 30 ਇੰਚ ਦੋਨੇ ਤਰ੍ਹਾਂ ਦੀ, ਹਰ ਟਾਈਮ ਤਰ੍ਹਾਂ ਜਿਵੇਂ ਕੋਈ ਵੀ ਕਲਰ ਹਾਈਲਾਈਟ एवरीवन ਹੈ ਜਾਨੀ ਕੋਈ ਵੀ ਜਿਹੜਾ ਤੁਹਾਡਾ ਡਿਜ਼ਾਇਰ ਹੈ ਤੁਹਾਨੂੰ। ਠੀਕ ਹੈ ਓਕੇ, ਸ਼ੁਕਰੀਆ ਸੋਨੂੰ ਭਾਈ ਧੰਨਵਾਦ ਤੁਹਾਡਾ ਬਹੁਤ ਬਹੁਤ, ਮੈਂ ਟਾਈਮ ਤਾਂ ਬਹੁਤ ਲਿਆ 5 ਵਜੇ ਸਾਨੂੰ 5 ਵਜੇ ਨਾ ਕੀ ਟਾਈਮ ਹੋ ਗਿਆ 4:40 5 ਵਜੇ ਚੱਲੇ ਨਿਕਲਦੇ ਨੇ ਕਾਲਜ ਨੂੰ ਇੱਥੇ ਤੇ 11 ਵਜੇ ਦੇ ਆਏ ਹੋਏ ਆ। ਲੈ ਲੈ ਨਿੰਮੇ ਚਾਬੀ ਤੂੰ ਗੱਡੀ ਚਲਾਉਣੀ ਸਿੱਖ ਲਾ ਤਾਂ ਅਸੀਂ ਪਿੱਛੇ ਬਹਿ ਜਾਣਾ ਆਰਾਮ ਨਾਲ। ਉਹ ਨਾਲੇ ਯਾਰ ਡਰਾਈਵਰ ਬੰਦੇ ਇੱਕ ਮਿੰਟ ਖੜ੍ਹ ਜੇ, ਇਹ ਆ ਜਾਓ ਸਰ, ਤਾਂ ਬੰਦੇ ਨੂੰ ਨਾ ਪਹਿਲਾਂ ਵਿੱਚ ਬਾੜੋ ਕੱਢੋ, ਚੱਲ ਖੁੱਡੇ 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 ਚੱਲ ਖੁੱਡਾ 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 ਖੁੱਡਾ, ਗਰਮ ਤਾਂ ਹੋਣੀ ਉਹ ਹੈ, ਆ ਜਾਓ ਮੈਮ ਬੈਠੋ ਜੀ, ਲਾਉਂਦੇ ਜੀ ਲਾਉਂਦੇ ਏ ਸੀ ਲਾਉਂਦੇ ਆ ਬਾਈ, ਟਾਈਮ ਤਾਂ ਲਾਇਆ ਪਰ ਕੰਮ ਤਸੱਲੀ ਬਖਸ਼ ਕਰਦੇ, ਕੋਈ ਉਹ ਨਹੀਂ ਕਰਦੇ ਕਾਹਲੀ 'ਚ ਨਹੀਂ ਕਰਦੇ, ਵੀ ਤੱਤ ਭੜਤੇ ਵਾਲਾ ਕੰਮ ਨਹੀਂ ਕਰਦੇ ਵੀ ਚੱਕਿਆ ਕੰਮ ਚੱਲ ਤੂੰ ਵੀ ਫਲਾਣਿਆ ਤੂੰ ਵੀ ਆ ਜਾ, ਐਨ ਪੂਰੀ ਸਲਾਹ ਨਾਲ ਕੰਮ ਕਰਦੇ, ਤਾਂ ਹੀ ਮੈਂ ਆਇਆ ਨਹੀਂ ਮੈਂ ਆਉਣਾ ਨਹੀਂ ਸੀ। ਤੇ ਨਵੇਂ ਦੁਆਰੇ ਬੋਲ ਫਿਰ ਦੇਖੇ ਰੱਬ ਦਾ ਨਾਂ, ਗੱਡੀ ਤੋੜ ਲਾਵੇ ਡਰਾਈਵਰ, ਗੱਡੀ ਤੋੜ ਲਾਵੇ ਡਰਾਈਵਰ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਆਹ ਦੇਖੋ ਲੋਹਾ ਢਾਲ ਕੇ ਉਹਨਾਂ ਨੇ ਇੱਦਾਂ ਦਾ ਬਣਾ ਦਿੱਤਾ ਜਿਹੜਾ ਕੋਈ ਸਕ੍ਰੈਪ ਵਗੈਰਾ ਜੋ ਵੀ ਆਉਂਦਾ ਇੱਥੇ
ਉਹਦਾ ਇਦਾਂ ਲੋਹਾ ਬਣਾ ਦਿੰਦੇ ਆ ਫਿਰ। ਚਲੋ ਚੰਗੀ ਗੱਲ ਹੈ, ਪੁਰਾਣੇ ਲੋਹੇ ਨੂੰ ਨਵਾਂ ਲੋਹਾ ਬਣਾ ਦਿੰਦੇ ਫਿਰ ਇੱਥੇ ਮੰਡੀ ਗੋਬਿੰਦਗੜ੍ਹ ਦੇ ਵਿੱਚ। ਵਧੀਆ ਆਪਣਾ ਮੂਡ ਆ ਗਿਆ ਅਤੇ ਨਿਕਲ ਚੱਲੀਏ ਯਾਰ ਹੁਣ ਛੇਤੀ ਛੇਤੀ, ਥੱਕੇ ਪਏ ਹਾਂ। ਬਹੁਤ ਤੇਲ ਪੀਂਦੀ ਹੈ ਭਾਈ ਵੀਰੇ, 2000 ਦਾ ਪਾ ਦੀ ਵੀਰੇ ਤੇਲ। ਡੀਜ਼ਲ ਹੈ ਨਾ ਜੀ? ਡੀਜ਼ਲ ਹੈ ਜੀ। ਆਹ ਵੀਰੇ ਚਾਬੀ, ਇੱਕ ਆਹ ਵੱਡੀ ਪ੍ਰੋਬਲਮ ਇਹ ਚਾਬੀ ਜ਼ਿਆਦਾ ਤੇਲ ਪਾਉਣ ਜ਼ਿਆਦਾ ਯਾਦ ਆਉਂਦਾ, ਦੇਖਿਓ ਐਕਸਟਰਾ ਚਾਬੀ ਬਣਾ ਕੇ ਨਾ ਵਿੱਚ ਰੱਖ ਲਈ ਇੱਕ ਸਾਈਡ, ਜਿਹਨੂੰ ਇੱਥੇ ਨਾ ਇੱਥੇ ਕਿਤੇ ਰੱਖ ਲਈ ਕਿਤੇ ਲਾਈਟ ਬਾਲੀ ਨੇ ਆਪਾਂ ਨੇ, ਦੇਖ ਇੱਕ ਬਣਾ ਕੇ ਇੱਥੇ ਰੱਖੀ ਵੀ ਚਲੋ ਚਾਬੀ ਫੜਾ ਦਿੱਤੀ ਅਤੇ ਹੁਣ ਗੱਡੀ ਵਿੱਚ ਤਾਂ ਫਿਰ ਜਿੱਦਾਂ ਗਰਮ ਹਵਾ ਆਵਾਂ। ਅੱਗੇ ਇੱਥੇ ਤੇਲ ਪਵਾਏ ਕਰਨਾ ਯਾਰ, ਇਹ ਸੀਸਾ ਸਾਫ਼ ਕਰ ਦਿੰਦੇ ਇਹ ਹੈ ਨਾ ਮੈਂ ਲੈ ਵੀਰੇ ਲਿਆ। ਜਿਹੜਾ ਸੀਸਾ ਨਾ ਫਲੈਟ ਆ ਯਾਰ, ਉਹ ਨਾ ਆਪਣੇ ਐਂ ਵਿੱਚ ਨਾ ਬਚ ਗਿਆ, ਹੁਣ ਐਨ ਸਾਫ਼ ਕਰਦਾ, ਐਨ ਬਰੀਕ ਵੇ ਮੱਛਰ ਜਿਹਦੇ ਪਰ ਬਹੁਤ ਹੋ ਜਾਂਦੇ ਆ। ਮੈਂ ਕਹਿੰਦੇ ਮੈਂ 21 ਲੀਟਰ ਪਿਆ ਭਾਈ 2000 ਦਾ, ਬਹੁਤ ਘੱਟ ਤੇਲ ਆ, 21-24 ਲੀਟਰ। ਸ਼ੁਕਰੀਆ ਵੀਰੇ, ਇੱਕ ਮਿੰਟ ਛੋੜ ਦੇ। ਅਤੇ ਇੱਧਰ ਚਾਨਣ ਸ਼ੁਰੂ ਕੇ ਵੀਡੀਓ ਬੰਦ ਕਰਦੇ ਹਾਂ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਹੁਣ ਟੂਰ ਵਾਲੀਆਂ ਵੀਡੀਓ ਉੱਪਰ।